ਸ਼ਿਕਲ ਤੇ ਨਵੀਂ ਟੀ ਸ਼ਰਟ ਲਿਆਉਂਦੀ ਮੈਂ ਦਿਖਾਉਣੀ ਸੀਗੀ। ਤੁਸੀਂ ਵੀਡੀਓਗ੍ਰਾਫੀ ਕਰਦੇ ਹੋ, ਫੋਟੋਗ੍ਰਾਫੀ ਕਰਦੇ ਹੋ ਜਾਂ ਵਲੋਗਿੰਗ ਕਰਦੇ ਹੋ, ਤੁਹਾਨੂੰ ਬਹੁਤ ਸਾਰੇ ਬਹੁਤ ਸਾਰੇ ਸੰਦਾਂ ਦੀ ਲੋੜ ਪੈਂਦੀ ਆ। ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਮੇਰੇ ਕੋਲ ਕਿਹੜੇ ਕਿਹੜੇ ਇਕਵਿਪਮੈਂਟ। ਇਹ ਸਭ ਤੋਂ ਪਹਿਲਾਂ ਹੈਗਾ ਗਾ ਨੋਟਬੁੱਕ। ਜਦੋਂ ਵੀ ਤੁਹਾਡੇ ਦਿਮਾਗ 'ਚ ਕੋਈ ਆਈਡੀਆ ਆਉਂਦਾ ਉਹਨੂੰ ਇਸ ਨੋਟਬੁੱਕ 'ਤੇ ਨੋਟ ਡਾਊਨ ਕਰੋ। ਅਤੇ ਤੁਸੀਂ ਫੋਨ 'ਚ ਵੀ ਨੋਟ ਡਾਊਨ ਕਰ ਸਕਦੇ ਹੋ, ਪਰ ਇਹ ਜ਼ਿਆਦਾ ਕਲਾਸਿਕ ਫੁਕਰੀ ਮਾਲ ਕੰਮ ਆਉਂਦੀ ਆ। ਬਸ ਇੰਨਾ ਕੁ ਮੀ ਹੋਣਾ ਗਾ ਵੀ ਵੀਡੀਓਗ੍ਰਾਫੀ ਕਰਦੇ ਕਰਦੇ ਸਾਈਡ ਬਿਜ਼ਨਸ 'ਚ ਇੱਕ ਸਟੇਸ਼ਨਰੀ ਦੀ ਦੁਕਾਨ ਖੋਲ੍ਹ ਸਕਾਂ। ਦੂਜੇ ਨੰਬਰ 'ਤੇ ਜੋ ਤੁਸੀਂ ਆਈਡੀਆ ਲਿਖ ਲੈਂਦੇ ਹੋ ਤਾਂ ਉਹ ਆਈਡੀਆ ਨੂੰ ਫਿਲਮਾਉਣਾ ਗਾ। ਫਿਲਮਾਉਣ ਦੇ ਲਈ ਤੁਹਾਨੂੰ ਇੱਕ ਕੈਮਰੇ ਦੀ ਲੋੜ ਪਊਗੀ, ਭਾਵੇਂ 1000 ਸਬਸਕ੍ਰਾਈਬਰ ਨੇ, ਭਾਵੇਂ ਤੁਸੀਂ 1,00,000 ਸਬਸਕ੍ਰਾਈਬਰ ਨਾਲ ਵਲੋਗਿੰਗ ਕਰ ਰਹੇ ਹੋ। ਤੁਹਾਡੇ ਲਈ ਸਭ ਤੋਂ ਬੈਸਟ ਕੈਮਰਾ ਹੈਗਾ ਸੋਨੀ ਦਾ ਅਲਫਾ 6400। ਇਹ ਪ੍ਰੋਬਲਮ ਕਿੱਥੇ ਆ, ਜਦੋਂ ਵੀ ਮੈਂ ਕੋਈ ਵੀਡੀਓ ਸ਼ੂਟ ਕਰਨ ਜਾਂਦੇ ਹਾਂ ਅਸੀਂ ਤਾਂ ਏਸੀ ਕੈਮਰੇ 'ਤੇ ਵੀਡੀਓ ਸ਼ੂਟ ਕਰਨੀ ਹੁੰਦੀ ਆ, ਅਤੇ ਏਸੀ ਕੈਮਰੇ 'ਤੇ ਮੈਂ ਹੁਣ ਵਲੋਗਿੰਗ ਕਰ ਰਿਹਾ, ਅਤੇ ਮੇਰੇ ਕੋਲ ਦੋ ਲੈਂਸ ਨੇਗੇ, 1650 ਲਗਾ ਕੇ ਮੈਂ ਵਲੋਗਿੰਗ ਕਰਦਾ, ਅਤੇ ਦੂਜਾ ਲੈਂਸ ਹੈਗਾ 50mm ਜਿਹਦੇ ਨਾਲ ਜ਼ਿਆਦਾਤਰ ਉਹਦੇ ਨਾਲ ਹੀ ਵੀਡੀਓ ਸ਼ੂਟ ਹੁੰਦੀ ਆ ਸਾਰੀ। ਜਦੋਂ ਵੀਡੀਓ ਸ਼ੂਟ ਕਰਦੇ ਹਾਂ ਤਾਂ ਉਹ ਲੈਂਸ ਲਗਾ ਕੇ ਰੱਖਣਾ ਪੈਂਦਾ, ਤਾਂ ਮੈਂ ਵਲੋਗਿੰਗ ਨਹੀਂ ਕਰ ਪਾਉਂਦਾ ਆਹ ਕੈਮਰੇ ਤੋਂ, ਤਾਂ ਕਰਕੇ ਮੈਂ ਬਸ ਇੰਨਾ ਕੁ ਅਮੀਰ ਹੋਣਾ ਵੀ ਮੇਰੇ ਕੋਲ ਦੋ ਕੈਮਰੇ ਹੋਣ, ਇੱਕ 'ਤੇ ਪ੍ਰਾਈਮ ਲੈਂਸ ਲੱਗਿਆ ਹੋਵੇ, ਇੱਕ 'ਤੇ ਵਾਈਡ ਐਂਗਲ ਲੈਂਸ ਲੱਗਿਆ ਹੋਵੇ ਮੇਰੇ ਵਲੋਗਿੰਗ ਕਰਨਾ। ਤੀਜੇ ਨੰਬਰ 'ਤੇ ਹੈਗੀ ਆ ਲਾਈਟ। ਇੱਕ ਚੰਗੇ ਕੈਮਰੇ ਨੇ ਆਪਦਾ ਕੰਮ ਕਰਨਾ ਹੈਗਾ ਹੀ ਆ, ਪਰ ਇੱਕ ਚੰਗੀ ਵੀਡੀਓ ਬਣਾਉਣ ਲਈ, ਸੋਹਣੀ ਵੀਡੀਓ ਬਣਾਉਣ ਲਈ ਲਾਈਟਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ। ਅਤੇ ਮੈਨੂੰ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਵੀ ਮੈਨੂੰ ਲਾਈਟਿੰਗ ਨਾਲ ਕਈ ਵਾਰ ਬਹੁਤ ਕੰਪਰੋਮਾਈਜ਼ ਕਰਨਾ ਪੈ ਜਾਂਦਾ ਗਾ, ਕਿਉਂਕਿ ਲਾਈਟਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ। ਅਤੇ ਮੇਰੇ ਕੋਲ ਹੁਣ ਇੱਕੋ ਹੀ ਲਾਈਟ ਆ, ਹੁਣ ਇੱਥੇ ਲਾਈ ਵੀ ਆ, ਇਹ LED ਲਾਈਟ ਆ, ਇਹਦੀ ਮਤਲਬ 500 ਬਲਬ ਨੇ ਅਤੇ 2600 ਦੀ ਆਈ ਸੀ। ਬਸ ਇੰਨਾ ਕੁ ਅਮੀਰ ਹੋਣਾ ਕਿ ਮੈਂ ਬਹੁਤ ਸਾਰੀਆਂ ਲਾਈਟਾਂ ਲਿਆ ਸਕਾਂ, ਕਮਰੇ 'ਚ ਇੱਧਰ ਵੀ ਲਾਈਟ ਲਾ, ਇੱਧਰ ਵੀ ਲਾਈਟ ਹੋਵੇ ਕਿਉਂਕਿ ਉਹ ਪਿੱਛੇ ਬਹੁਤ ਖਾਲੀ ਪਏਗਾ, ਇੱਧਰ ਵੀ ਲਾਈਟ ਹੋਵੇ ਅਤੇ ਆਹ ਲਾਈਟ ਇੱਥੇ ਪੱਕੀ ਲੱਗਦੀ ਰਹੀ, ਵਲੋਗਿੰਗ ਲਈ ਉਹ ਯੂਜ਼ ਕਰਾਂ ਅਤੇ ਵੀਡੀਓ ਸ਼ੂਟ 'ਤੇ ਆਪਣੀ ਲਾਈਟਾਂ ਯੂਜ਼ ਕਰ ਸਕਾਂ, ਇੰਨਾ ਕੁ ਅਮੀਰ ਹੋਣਾ। ਅਤੇ ਜਦੋਂ ਤੁਸੀਂ ਆਪਣੇ ਆਈਡੀਆਜ਼ ਨੂੰ ਫਿਲਮਾ ਲਿਆ ਤਾਂ ਤੁਸੀਂ ਆਪਣੇ ਡਾਟਾ ਨੂੰ ਕਿਤੇ ਸਟੋਰ ਵੀ ਕਰਨਾ ਗਾ, ਅਤੇ ਉਹਦੇ ਲਈ ਮੇਰੇ ਲਵੇ ਹੈਗੀ ਆ ਇਹ ਹਾਰਡ ਡਿਸਕ। ਇਹ 5 TB ਦੀ ਹਾਰਡ ਡਿਸਕ ਹੈ, Seagate ਦੀ ਆ, ਇਹ 3 ਸਾਲ ਦੀ ਬੈਕਅਪ ਦੀ ਗਰੰਟੀ ਆ। ਇੱਕ ਮੇਰੇ ਕੋਲ ਪਹਿਲਾਂ ਹੁੰਦੀ ਸੀ WD ਦੀ, ਉਹ ਪਰ ਐਂ ਕਰਪਟ ਹੋ ਗਈ ਸੀ, ਵਿੱਚ ਹੀ ਕਿਸੇ ਕਲਾਇੰਟ ਦਾ ਡਾਟਾ ਸੀਗਾ, ਬਹੁਤ ਪ੍ਰੋਬਲਮ ਹੋ ਗਈ ਸੀ। ਹੁਣ ਇਹਦੇ 'ਚ ਹੀ ਮੇਰਾ ਆਪਦਾ ਪਰਸਨਲ ਡਾਟਾ ਗਾ, ਇਹਦੇ 'ਚ ਹੀ ਕਲਾਇੰਟ ਦਾ ਡਾਟਾ ਗਾ, ਇਹਦੇ 'ਚ ਹੀ ਗੇਮਾਂ ਨੇ, ਅਤੇ ਬਸ ਮੈਂ ਇੰਨਾ ਕੁ ਅਮੀਰ ਹੋਣਾ ਗਾ ਵੀ ਹਰ ਇੱਕ ਕੰਮ ਲਈ ਅਲੱਗ ਅਲੱਗ ਮਤਲਬ SSD ਹੋਵੇ, ਹਾਰਡ ਡਿਸਕ ਵੀ ਹੋਵੇ, SSD ਹੋਵੇ। ਜਦੋਂ ਤੁਸੀਂ ਡਾਟਾ ਸੇਵ ਕਰ ਲਿਆ ਤਾਂ ਤੁਸੀਂ ਨੇ ਉਹਨੂੰ ਐਡਿਟ ਕਰਨਾ ਗਾ। ਐਡਿਟ ਕਰਨ ਲਈ ਤੁਹਾਨੂੰ PC ਜਾਂ ਲੈਪਟੋਪ ਦੀ ਲੋੜ ਆ, ਅਤੇ ਮੇਰੇ ਕੋਲ ਹੈਗਾ ਗਾ ਇਸ ਦਾ Aspire 7 ਲੈਪਟੋਪ, ਜੋ ਕਿ ਇਸੇ ਸਾਲ ਲਾਂਚ ਹੋਇਆ ਗਾ, ਅਤੇ ਮੈਨੂੰ 3-4 ਮਹੀਨੇ ਹੋ ਗਏ ਲੈਪਟੋਪ ਲੈਣ ਨੂੰ। ਇਹ ਲੈਪਟੋਪ ਮੇਰਾ ਬਹੁਤ ਵਧੀਆ ਕੰਮ ਕਰ ਰਿਹਾ, ਪਰ ਜਿੰਨਾ ਟਾਈਮ ਮੈਂ ਫੁੱਲ HD ਵੀਡੀਓ ਬਣਾ ਰਿਹਾ ਗਾ, ਅਤੇ ਇਨ ਫਿਊਚਰ ਹੋ ਸਕਦਾ ਮੈਨੂੰ 4K 'ਤੇ ਕੰਮ ਕਰਨਾ, ਇਨ ਫਿਊਚਰ ਕੀ ਪੱਕਾ ਹੀ ਕੰਮ ਕਰਨਾ ਪਊਗਾ ਜੀ, ਅਤੇ ਫਿਰ ਮੈਂ ਅਮੀਰ ਵੀ ਹੋ ਜਾਣਾ। ਮੈਂ ਹੋ ਸਕਦਾ 4K ਵਲੌਗਸ ਬਣਾਇਆ ਕਰਾਂ, ਤਾਂ ਕਰਕੇ MacBook ਲੈਣੀ ਵੀ ਪਊਗੀ। ਇਹ ਲੈਪਟੋਪ ਨੂੰ ਵੀ ਰੱਖਾਂਗੇ, ਇਹ 'ਚ ਡਾਟਾ ਰੱਖਿਆ ਕਰਾਂਗੇ, ਇਹ 'ਚ ਹਲਕੀਆਂ ਚੀਜ਼ਾਂ ਐਡਿਟ ਕਰਿਆ ਕਰਾਂਗੇ, ਅਲੱਗ ਕੰਮ ਲਈ ਰੱਖਾਂਗੇ, ਤਾਂ ਬਸ ਮੈਂ ਇੰਨਾ ਕੁ ਅਮੀਰ ਹੋਣਾ ਗਾ ਵੀ ਇਸ ਲੈਪਟੋਪ ਨੂੰ ਬਿਨਾਂ ਵੇਚੇ ਮੈਂ ਇੱਕ MacBook ਵੀ ਲੈ ਸਕਾਂ। ਇਸ ਤੋਂ ਬਾਅਦ ਮੇਰੇ ਲਵੇ ਹੋਰ ਮੇਰੇ ਕੋਲ ਕੁਛ ਵੀ ਨਹੀਂ ਹੈਗਾ।